ਤੁਹਾਡੇ ਅਧਿਕਾਰੀ ਪੰਜਾਬ ਦੇ ਵਿੱਚ ਤਾਂ ਭੇਜੇ ਨਹੀਂ ਜਾ ਰਹੇ ਹੜਾਂ ਦੇ ਲੋਕਾਂ ਦੇ ਕੋਲ, ਪਰ ਜਿਹੜੇ ਵਿਚਾਰੇ ਆਪਣੇ ਘਰਾਂ ਦੇ ਵਿੱਚ ਸੇਫ ਰੱਖਣੇ ਸੀਗੇ ਅਸੀਂ, ਉਹ ਅਸੀਂ ਹਿਮਾਚਲ ਨੂੰ ਤੋਰਤੇ। ਆਹ ਦੇਖੋ ਜੀ ਬੱਸ ਪੰਜਾਬ ਰੋਡਵੇਜ ਇਸ ਟਾਈਮ ਇਹ ਬਿਆਸ ਨਦੀ ਦੇ ਵਿੱਚ ਹੈ। ਇਸ ਤੋਂ ਅੱਗੇ ਹੋਰ ਵੀ ਚਾਰ ਬੱਸਾਂ ਅਸੀਂ ਆਪਣੀ ਅੱਖੀਂ ਦੇਖੀਆਂ ਬਹਿੰਦੀਆਂ, ਬਹੁਤ ਜ਼ਿਆਦਾ ਤਬਾਹੀ ਹੈ। ਤਾਂ ਤੁਸੀਂ ਭੇਜੀ ਕਿਉਂ ਜਦੋਂ ਅਲਰਟ ਕੀਤਾ ਹੋਇਆ ਹਫ਼ਤਾ ਪਹਿਲਾਂ? ਹੁਣ ਇਹ ਕਹਿੰਦੇ ਜੀ ਸੁੱਕੇ 'ਚ ਭੇਜੀ ਹੈ, ਜੇ ਬੱਸ ਸੁੱਕੇ 'ਚ ਗਈ ਹੈ ਤਾਂ ਫਿਰ ਉੱਧਰ ਜਦੋਂ ਫਸ ਗਈ ਸੀ ਤਾਂ ਬੁਲਾਈ ਕਿਹਨੇ? ਉੱਥੇ ਖੜੀ ਖੜੀ ਹੜ ਗਈ, ਜਾ ਕੇ ਉੱਥੇ ਫੋਟੋਆਂ ਖਿਚਾ ਕੇ ਥੱਲੇ ਨੂੰ ਮੂੰਹ ਕਰਕੇ ਆ ਜਾਣਗੇ, ਜਿਵੇਂ ਦਾ ਮਾਹੌਲ ਹੁੰਦਾ ਉਵੇਂ ਦੀ ਫੋਟੋ ਖਿਚਾ ਕੇ ਆ ਜਾਂਦੇ ਇਹ ਡਰਾਮੇਬਾਜ਼ ਪੋਸਟਰਾਂ ਵਾਲੇ। ਯਾਰ ਡਰਾਈਵਰ ਦੇਖੋ ਕਿੰਨਾ ਇਮਾਨਦਾਰ, ਜਿਹਨੇ ਬੱਸ ਨਹੀਂ ਛੱਡੀ ਆਖਰੀ ਦਮ ਤੱਕ ਵਿਚਾਰਾ, ਅਤੇ ਕੰਡਕਟਰ ਵੀ ਕੀ ਹਾਲਾਤ ਬਣੇ ਹੋਣੇ ਉੱਥੇ ਉਹਨਾਂ ਦੇ। 12 ਚੋਂ 48 4,80,000 ਹੋ ਗਈ, 40,000 ਦੇ ਹਿਸਾਬ ਨਾਲ 5,00,000 ਲਾ ਲਓ, ਠੀਕ ਹੈ ਇੱਕ ਤਨਖਾਹ 30 ਸਾਲ ਦਾ ਲਾ ਲਓ, 1.5 ਕਰੋੜ ਬਣਦਾ, ਠੀਕ ਹੈ ਇੱਕ ਸਾਲ ਦਾ ਜੇ 5,00,000 ਗਿਆ ਤਾਂ 30 ਸਾਲ ਦਾ 1.5 ਕਰੋੜ ਹੋ ਗਿਆ। ਤਨਖਾਹ ਤਾਂ ਨਹੀਂ ਦੇਣਗੇ 40,000, ਮਰਨ ਤੋਂ ਬਾਅਦ ਕਰੋੜ ਦੇ ਦੇਣਗੇ, ਕਹਿੰਦੇ ਦੇ ਦਾਂਗੇ ਅਸੀਂ। ਉਹ ਯਾਰ ਤੁਸੀਂ ਜਿਉਂਦਿਆਂ ਨੂੰ ਇਹ ਦੇ ਦਿਓ, ਮਿਲਣਾ ਮਿਲਾਉਣਾ ਕੀ ਆ ਬਾਈ, ਬੰਦਾ ਤਾਂ ਨਹੀਂ ਮਿਲਣਾ, ਹੋਰ ਸਭ ਕੁਝ ਮਿਲ ਜੂਗਾ, ਦੇ ਦੇਣਗੇ ਚਲੋ ਲੋਕਾਂ ਦੇ ਕਰੋੜਾਂ ਵੀ ਦੇ ਦੇਣਗੇ, ਬੰਦੇ ਦੇ ਕੇ ਦਿਖਾਉਣ ਨਾ, ਕੰਡਕਟਰ ਡਰਾਈਵਰ ਬੱਚੇ ਹੋਣਗੇ ਉਹਨਾਂ ਦੇ, ਪਤਨੀ ਹੋਊਗੀ। ਪੋਸਟਰ ਲਾਉਣ ਲਈ ਤਾਂ 800-800 ਕਰੋੜ ਅਤੇ ਕੰਮ ਕਰਨ ਲਈ 33 ਕਰੋੜ। ਮੈਂ ਕਹਿੰਦਾ ਪੁੱਠਾ ਕਰ ਦਿਓ ਯਾਰ, ਕੰਮ ਕਰਨ ਲਈ 800 ਕਰੋੜ ਰੱਖ ਲਓ, ਪੋਸਟਰ ਲਾਉਣ ਲਈ ਇੱਕ ਵੀ ਨਾ ਰੱਖੋ, ਚਾਹੇ ਅਸੀਂ ਸਾਰਿਆਂ ਨੇ ਫ੍ਰੀ 'ਚ ਦਿਖਾ ਦੇਣੇ। ਲੋਕ ਕਹਿੰਦੇ ਆ ਦੋਨੇ ਜਣੇ ਖੜ ਜਾਂਦੇ ਆ ਬਦਵਾਨੀ ਘੋਟਣ ਲੱਗ ਜਾਂਦੇ ਆ। ਘੋਟਣੀ ਆ ਅਸੀਂ, ਸਾਡੇ ਮਾਇਕ ਆ, ਤੁਸੀਂ ਆਪਣੀ ਬਦਵਾਨੀ ਆਪਣੇ ਕੋਲ ਘੋਟ ਲਿਆ ਕਰੋ, ਅਸੀਂ ਤਾਂ ਐਵੇਂ ਹੀ ਘੋਟਣੀ ਆ ਬਾਈ। ਭਾਰੀ ਬਰਸਾਤਾਂ ਦੇ ਚੱਲਦਿਆਂ ਪੰਜਾਬ ਅਤੇ ਹਿਮਾਚਲ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਵੱਡੇ ਨੁਕਸਾਨ ਹੋਏ ਆ, ਜਿਸ ਦੇ ਚੱਲਦਿਆਂ ਬਹੁਤ ਲੋਕ ਪ੍ਰਭਾਵਿਤ ਹੋਏ ਆ। ਪਰ ਇਸ ਦੇ ਵਿਚਕਾਰ ਹੀ ਇੱਕ ਖਬਰ ਆਉਂਦੀ ਹੈ ਕਿ ਚੰਡੀਗੜ੍ਹ ਡੀਪੂ ਦੀ PRTC ਦੀ ਬੱਸ ਚੰਡੀਗੜ੍ਹ ਤੋਂ ਮਨਾਲੀ ਦੇ ਲਈ ਰਵਾਨਾ ਹੋਈ ਸੀ ਪਰ ਲਾਪਤਾ ਹੋ ਜਾਂਦੀ ਹੈ। ਪੋਸਟਾਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਘੁੰਮਦੀਆਂ ਪਰ ਕੁਝ ਪਤਾ ਨਹੀਂ ਚੱਲਦਾ। ਕੁਝ ਦਿਨਾਂ ਤੋਂ ਬਾਅਦ ਹੁਣ ਖਬਰਾਂ ਆਉਂਦੀਆਂ ਕਿ ਬੱਸ ਨਦੀ ਦੇ ਵਿੱਚੋਂ ਮਿਲੀ ਹੈ, ਡਰਾਈਵਰ ਦੀ ਲਾਸ਼ ਮਿਲੀ ਹੈ, ਕੰਡਕਟਰ ਅਜੇ ਤੱਕ ਲਾਪਤਾ ਹੈ। ਬਹੁਤ ਸਾਰੀਆਂ ਇਸ ਗੱਲ ਨੂੰ ਲੈ ਕੇ ਚਰਚਾਵਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਸ਼ੁਰੂ ਹੋ ਜਾਂਦੀਆਂ। ਸੋ ਮੇਰੇ ਨਾਲ ਜਗਦੀਪ ਸਿੰਘ ਥਲੀਏ ਗੱਲਬਾਤ ਕਰਦੇ ਹਾਂ ਬਾਈ, ਬੱਸ ਮਿਲੀ ਹੈ ਜਿਹੜੀ ਕਿ ਲਾਪਤਾ ਸੀ ਕੁਝ ਦਿਨਾਂ ਤੋਂ, ਬਹੁਤ ਸਾਰੀਆਂ ਚਰਚਾਵਾਂ ਹੁਣ ਚੱਲ ਰਹੀਆਂ। ਕੁਝ ਲੋਕ ਜਿੱਥੇ ਕਹਿ ਰਹੇ ਆ ਕਿ ਸਰਕਾਰ ਨੂੰ ਭੇਜਣੀ ਨਹੀਂ ਸੀ ਚਾਹੀਦੀ ਬੱਸ, ਇਸ ਸੰਬੰਧ ਦੇ ਵਿੱਚ ਕੁਝ ਲੋਕ ਇਹ ਵੀ ਮੰਗ ਕਰ ਰਿਹਾ ਕਿ ਹੁਣ ਡਰਾਈਵਰ ਦੇ ਪਰਿਵਾਰ ਦਾ ਕੀ ਬਣੂਗਾ। ਬਿਲਕੁਲ ਬਾਈ, ਇਹ ਤਾਂ ਤੈਅ ਹੋਆ, ਹੁਣ ਅਸੀਂ ਆ ਹੜ੍ਹ ਆਏ ਹੋਏ ਨੇ, ਅਸੀਂ ਥਾਂ ਥਾਂ 'ਤੇ ਜਾ ਰਹੇ, ਲੋਕਾਂ ਤੋਂ ਪੁੱਛ ਰਹੇ ਹਾਂ। ਅਗਲਾ ਕਹਿੰਦਾ ਯਾਰ ਅਧਿਕਾਰੀ ਆਉਂਦਾ ਜੀ, ਫੋਟੋ ਖਿਚਾ ਕੇ ਚਲੇ ਜਾਂਦਾ, ਬੰਨ ਤੋਂ ਹੀ ਮੁੜ ਜਾਂਦੇ ਆ, ਸਾਡੇ ਤਾਂ ਘਰ ਵੀ ਨਹੀਂ ਆ ਕੇ ਗਏ, ਨਾ ਪੁੱਛ ਕੇ ਗਏ, ਨਾ ਕੋਈ ਹੌਂਸਲਾ ਦੇ ਕੇ ਗਿਆ। ਅਤੇ ਤੁਹਾਡੇ ਅਧਿਕਾਰੀ ਪੰਜਾਬ ਦੇ ਵਿੱਚ ਤਾਂ ਭੇਜੇ ਨਹੀਂ ਜਾ ਰਹੇ ਹੜ੍ਹਾਂ ਦੇ ਲੋਕਾਂ ਦੇ ਕੋਲ, ਪਰ ਜਿਹੜੇ ਵਿਚਾਰੇ ਆਪਣੇ ਘਰਾਂ ਦੇ ਵਿੱਚ ਸੇਫ ਰੱਖਣੇ ਸੀਗੇ ਅਸੀਂ, ਉਹ ਅਸੀਂ ਹਿਮਾਚਲ ਨੂੰ ਤੋਰਤੇ। ਹਿਮਾਚਲ ਦੇ ਪਾਣੀ ਨੇ ਇੱਥੇ ਪੰਜਾਬ ਦੇ ਵਿੱਚ ਤਬਾਹੀ ਮਚਾਈ ਹੋਈ ਹੈ, ਪੰਜਾਬ ਹਿਮਾਚਲ ਦੇ ਪਾਣੀ ਨਾਲ ਹੀ ਮਰ ਜਾਣੇ ਲੋਕ, ਤੁਹਾਨੂੰ ਹਿਮਾਚਲ ਭੇਜਣ ਦੀ ਕੀ ਲੋੜ ਹੈ? ਅਤੇ ਮਾਵਾਂ ਦੇ ਪੁੱਤ ਮਰਵਾਉਣ ਲਈ ਭੇਜਿਆ? ਜਦੋਂ ਵਿਭਾਗ ਨੂੰ ਪਤਾ ਯਾਰ, ਜਦੋਂ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੋਈ ਹੈ, ਤਾਂ ਮੇਰੀ ਹੁਣੇ ਚੰਡੀਗੜ੍ਹ ਡੀਪੂ ਦੇ ਇੰਚਾਰਜ ਦੇ ਨਾਲ ਗੱਲਬਾਤ ਹੋਈ ਹੈ ਨਿਰਮਲ ਸਿੰਘ ਨਾਲ, ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਬੱਸ ਕਦੋਂ ਗਈ ਸੀਗੀ? ਕਹਿੰਦੇ 9 ਤਰੀਕ ਨੂੰ, ਸ਼ਾਇਦ 8 ਨੂੰ ਗਈ ਹੈ, ਤਾਂ 9 ਨੂੰ ਤਾਂ ਹੜ੍ਹ ਆ ਗਏ ਸੀ, ਅਤੇ 9 ਨੂੰ ਤਾਂ ਮਤਲਬ ਕਿ ਪਾਣੀ ਭਾਰੀ ਮੀਂਹ ਸੀਗਾ ਹਿਮਾਚਲ ਦੇ ਵਿੱਚ ਵੀ, ਤਾਂ ਤੁਸੀਂ ਭੇਜੀ ਕਿਉਂ ਜਦੋਂ ਅਲਰਟ ਕੀਤਾ ਹੋਇਆ ਹਫ਼ਤਾ ਪਹਿਲਾਂ? ਹੁਣ ਇਹ ਕਹਿੰਦੇ ਜੀ ਸੁੱਕੇ 'ਚ ਭੇਜੀ ਹੈ, ਜੇ ਬੱਸ ਸੁੱਕੇ 'ਚ ਗਈ ਹੈ ਤਾਂ ਫਿਰ ਉੱਧਰ ਜਦੋਂ ਫਸ ਗਈ ਸੀ ਤਾਂ ਬੁਲਾਈ ਕਿਹਨੇ? ਉੱਥੇ ਖੜੀ ਖੜੀ ਹੜ ਗਈ, ਤਾਂ ਉੱਥੋਂ ਬੁਲਾਈ ਹੋਊਗੀ ਕਿਸੇ ਨੇ ਬੱਸ? ਅਤੇ ਯਾਰ ਤੁਸੀਂ ਮਰਨ ਨੂੰ ਹੁਣ ਇੱਥੋਂ ਜਿਹੜੇ ਹੈਗੇ ਸਾਡੇ ਪੰਜਾਬ ਦੇ ਪੁੱਤ ਮਰਨ ਨੂੰ ਉੱਥੇ ਹਿਮਾਚਲ ਭੇਜੇ ਹੋਏ ਆ, ਤੁਸੀਂ ਪਹਿਲੀ ਗੱਲ ਤਾਂ ਜਦੋਂ ਸਕੂਲ ਬੰਦ ਕਰਤੇ, ਸਾਰਾ ਕੁਝ ਬੰਦ ਕਰਤਾ, ਤਾਂ ਤੁਸੀਂ ਆਵਾਜਾਈ ਦੇ ਜਿਹੜੀਆਂ ਸੜਕਾਂ ਰੁੜ ਗਈਆਂ, ਜਿਨ੍ਹਾਂ ਦੇ ਹਾਲਾਤ ਖਰਾਬ ਹੋ ਗਏ, ਤਾਂ ਉਹ ਕਿਉਂ ਨਹੀਂ ਬੰਦ ਕਰੀਆਂ ਚੀਜ਼ਾਂ? ਉਸ ਤੋਂ ਪਹਿਲਾਂ ਵੀ ਅਪੀਲਾਂ ਕੀਤੀਆਂ ਜਾ ਰਹੀਆਂ ਸੀ ਸੋਸ਼ਲ ਮੀਡੀਆ ਦੇ ਉੱਤੇ ਵੀ ਲੋਕਾਂ ਵੱਲੋਂ ਕਿ ਭਾਈ ਹਿਮਾਚਲ ਵੱਲ ਨੂੰ ਨਾ ਜਾਓ, ਉੱਥੇ ਹਾਲਾਤ ਬੜੇ ਖਰਾਬ ਆ, ਘੁੰਮਣ ਫਿਰਨਾ ਵੀ ਬੰਦ ਕਰ ਦਿਓ। ਅੱਜ ਤੋਂ
हड़ां तो 15 दिन पहला या 10 दिन पहला मैं गया सी हिमाचल। मैं उतों वीडियो पाई सी भी हिमाचल दे विच ना आयो भाई, भारी मीह पहाड़ियाँ खिसक रही, असं अपना टूर कैंसल करके आ रहे हैं। बहुत सारे लोगों ने तो ट्रोल भी किया भी तुसी गए जी, हुण तू देन लग गया, कुछ नहीं हुंदा कुछ नहीं हुंदा, हुण सारा कुछ हट गया उत्थे। असीं यार वापस आए, असीं लोगों को अवेयर किया, जागरूक किया, आप भी असीं परिवार को लैके आ गए, असीं उत्थे उत्थे ही थोड़ी रह गए। तो जदों तुहानू पता मौसम विभाग ने चेतावनी दित्ती हुई है तो ड्राइवर कंडक्टर नूं जां बसां भेजण दा मतलब ही नहीं बनता। अपने लोगों नूं रोको, पंजाब दियां नूं, ठीक है हिमाचल वाले पंजाब आए हुए उन्होंने जाना तो हिमाचल दियां बसां भी तो चलदियां पंजाब दे विच, चंडीगढ़ दे विच उन्होंने ड्राइवर भी पक्के आ, अपने आप लेके जाणगे। तो हुण कह देणगे जी इन्होंने तो बहुत वड्डी कुरबानी की है जी, असीं तुहाडे नाल आ, परिवार नूं कह देणगे तुहाडे नाल होके परिवार ड्राइवर ते कंडक्टर वापस आ जाणे, जाके उत्थे फोटोआं खिचा के थल्ले नूं मूंह करके आ जाणगे, जिवें दा माहौल हुंदा उवें दी फोटो खिचा के आ जांदे इह ड्रामेबाज पोस्टरां वाले। ते पोस्टरां तों इलावा इहनां कोल कुछ नहीं हैगा भाई, इहनां दे मंत्रियां नूं नहीं पता, इह विभाग देण गैली जिहड़े विभाग दे बंदिआं ने भेजी आ उहनां ते परचा करे, जां जिन्ने इह इहदे नाल लिंक मिनिस्टर जां फिर सीएम मान नूं नहीं पता हैगा, भगवंत मान नूं। अगले हुण जिहड़े सवाल करन वाले कहणगे भी इहदे विच मुख्यमंत्री दा की दोष आ, हर गल तुसीं चक के मुख्यमंत्री नूं कहण लग जांदे, मंत्रियां दा की दोष आ भी, इह किसी नूं मरण लई थोड़े कोई भेजदा हुंदा, कौण चाहुंदा भी कोई ड्राइवर जाके मर जाए। मंत्री दा दोष, मुख्यमंत्री दा दोष भाई, जदों सानूं सारे नूं हालातां दा पता, हुण इक अधिकारी दी की मजाल है भाई भी उह इस तरह ऑर्डर दे दूंगा अपने आप, एडवाइजरी तो जारी तो इन्होंने करना, सारा हुक्म तो इन्होंने जारी करने। हुण सीएम भगवंत मान ने कहा उत्तों ही आए हुक्म, मिनिस्टर नूं सिक्ख्या मंत्री नूं क्या होना भी भाई स्कूल बंद करा दे 13 तरीक तक, तां स्कूल बंद होए आ, ते इस तरह विभाग दीआं बसां नहीं बंद हो सकदीआं सीगीआं, ते बसां बंद हो सकदीआं यार, ड्राइवर देखो किन्ना ईमानदार आ जिन्हें बस नहीं छड्डी आखरी दम तक बेचारा, ते कंडक्टर भी की हालात बने होणे उत्थे उहनां दे। पर असीं इक दे साए दे विच तां उह वी होणे आ जाण लगे, पर कह नहीं सके उहने ड्यूटी दे चलदे कह नहीं सके। मैं इंचार्ज साहब नाल गल करी, मैं कहा होर भी बसां, कहिंदे साडी नहीं आ, पटियाला डिपू दी आ, हो सकदी रोपड़ डिपू दीआं ने, मनीकरण नूं बड़ू साहब नूं जां उह हो सकदीआं हुण, क्योंकि खबर तां इह वी आ रही आ वी 4 रोडवेज दीआं 4 PRTC दीआं होर फसियां होईआं ने, ड्राइवरां नूं तुसीं दिंदे हो 10-10 हज़ार रुपया तनखाह, भेजदे तुसीं मनालीओ मरन दे लई, ते यार या तो जिहड़े ਲੈਂਦੇ 80-80 ਹਜ਼ਾਰ 90-90 ਹਜ਼ਾਰ ਉਹਨਾਂ ਨੂੰ ਭੇਜ ਦਿਓ ਪੱਕੇ ਕੱਚੇ ਮੁਲਾਜ਼ਮ PRTC ਦੇ ਰੋਡਵੇਜ਼ ਦੇ, ਉਹ ਵਿਚਾਰੇ ਏਡੀ ਏਡੀ ਦੂਰ ਜਾ ਕੇ ਕਿਲੋਮੀਟਰਾਂ ਦੇ ਹਿਸਾਬ ਦੇ ਨਾਲ ਪੈਸਾ ਮਿਲਦਾ ਉਹਨਾਂ ਨੂੰ ਅਤੇ ਉਹ ਮਰਨ ਨੂੰ ਤੋਰ 'ਤੇ ਉੱਥੇ। ਪਰ ਇਹ ਬਾਈ ਬਹੁਤ ਜਿਹੜੀ ਮਾੜੀ ਗੱਲ ਹੈ, ਹੁਣ ਕਹਿਣਗੇ ਜੀ 1 ਕਰੋੜ ਰੁਪਇਆ ਦੇ ਦਿੱਤਾ ਜੀ, ਤੁਸੀਂ ਆਪ ਹਿਸਾਬ ਲਾ ਲਓ ਜੇ ਇੱਕ ਬੰਦੇ ਨੂੰ 40 ਹਜ਼ਾਰ ਵੀ ਤਨਖਾਹ ਦਿੱਤੀ ਜਾਵੇ, ਮਰਨ ਤੋਂ ਬਾਅਦ ਤਾਂ 1 ਕਰੋੜ ਦੇ ਦੇਣਗੇ, ਹੁਣ 8 ਉੱਥੇ ਫਸੇ ਹੋਏ ਆ, 10-10 ਹਜ਼ਾਰ ਤਨਖਾਹ ਜਿਨ੍ਹਾਂ ਦੀ, ਹਿਮਾਚਲ ਵਾਲਿਆਂ ਨੇ ਇੰਨਾ ਸਮਾਨ ਮਹਿੰਗਾ ਕਰਤਾ, ਆਪਣੇ ਵਾਲੇ ਤਾਂ ਭੱਜ ਕੇ ਜਾਂਦੇ ਨਾ ਲੰਗਰ ਲਾਉਣ ਨੂੰ, ਜਦੋਂ ਆਫਤ ਆਈ ਕਹਿੰਦੇ ਉੱਥੇ 5-5 ਹਜ਼ਾਰ ਨੂੰ ਕਮਰਾ ਨਹੀਂ ਮਿਲ ਰਿਹਾ, ਰੋਟੀ ਜਿਹੜੀ ਪਾਣੀ ਦੀ ਬੋਤਲ ਆ 150-200 ਰੁਪਏ ਦੀ ਆ, ਅਤੇ ਹੁਣ ਵਿਭਾਗ ਨੇ ਭੇਜਤੇ ਪੈਸੇ ਉਹਨਾਂ ਨੂੰ ਜਿਹੜੇ ਅਵਰ ਫਸੇ ਭੁੱਖਣ ਬਾਣੇ ਬੈਠੇ, ਭੁੱਖਣ ਬਾਣੇ ਬੈਠੇ ਆ, ਫਿਰ ਉਹਨਾਂ ਕੋਲ ਕਹਿੰਦੇ ਪੈਸਾ ਨਹੀਂ ਆ ਯਾਰ, ਉਹਨਾਂ ਨੂੰ ਬਾਏ ਏਅਰ ਕੱਢੋ ਉੱਥੋਂ। ਜਦੋਂ ਸਾਡਾ ਮੁੱਖ ਮੰਤਰੀ ਜਾਂ ਹੋਰ ਮੰਤਰੀ ਉੱਡ ਸਕਦੇ ਆ ਤਾਂ ਇਹ ਤਾਂ ਫਿਰ ਕਹਿੰਦੇ ਅਸੀਂ ਤਾਂ ਜਨਤਾ ਦੇ ਨੌਕਰ ਆ ਸੇਵਾਦਾਰ ਆ, ਅਤੇ ਫਿਰ ਜਿਹੜੇ ਮਾਲਕ ਆ ਉਹ ਇਸ ਤਰ੍ਹਾਂ ਫਸੇ ਹੋਏ ਆ, ਫਿਰ ਮਾਲਕ ਇਹ ਹੋਏ ਕਿ ਮਾਲਕ ਉਹ ਹੋਏ ਜਿਹੜੇ ਪਹਾੜਾਂ 'ਚ ਫਸੇ ਹੋਏ ਆ। ਇਹ ਡਰਾਮੇਬਾਜ਼ੀਆਂ ਏ, ਇਹਨਾਂ ਨੂੰ ਛੱਡਣਾ ਚਾਹੀਦਾ, ਅਤੇ ਪੰਜਾਬ ਤਾਂ ਪਹਿਲਾਂ ਹੀ ਯਾਰ ਬੇੜਾ ਗਰਕ ਹੋਇਆ। ਆ ਜਿਹੜੇ ਦਾਅਵਾ ਜਿਤਾਉਂਦੇ ਆ ਨਾ, ਜਿਹੜੇ ਕਹਿੰਦੇ ਜੀ ਅੱਜ ਬਿਸਕੁਟ ਵੰਡਦੇ ਫਿਰਦੇ ਆ ਸਾਰੇ, ਹੁਣ ਰਾਜ ਸਭਾ ਦੇ ਵਿੱਚ ਉਠਾਉਣ ਆਵਾਜ਼, ਹੁਣ ਦਿਖਾਉਣ ਹਾਲਾਤ, ਇੱਥੋਂ ਰਿਕਾਰਡ ਕਰ ਲਏ ਜਾਣ, ਪੰਜਾਬ ਦੇ ਲੋਕ ਮਰ ਰਹੇ ਆ, ਹਿਮਾਚਲ ਦੇ ਪਾਣੀ ਨਾਲ ਮਰ ਰਹੇ ਆ, ਅਤੇ ਸਾਡੇ ਜਿਹੜੇ ਕੁਛ ਬਚਣੇ ਸੀਗੇ ਉਹ ਅਸੀਂ ਹਿਮਾਚਲ ਨੂੰ ਤੋਰ 'ਤੇ ਵੀ ਹਾਂ ਇਹਨਾਂ ਨੂੰ ਉੱਥੇ ਮਾਰ ਦਿੰਦੇ ਹਾਂ। ਅਤੇ ਆਹ ਜਿਹੜੇ 8 ਫਸੇ ਹੋਏ ਆ, 16-8 ਗੱਡੀਆਂ ਦੇ ਜਿਹੜੇ ਦੱਸੇ ਜਾ ਰਹੇ ਆ, ਮੈਂ ਵੀ ਇਸ ਖਬਰ ਏ ਆਪਾਂ ਨੇ ਆਪਾਂ ਚਲੋ ਹਲੇ ਦਾਅਵਾ ਨਹੀਂ ਕਰਦੇ ਕਿਉਂਕਿ ਮੈਨੂੰ ਨਿਰਮਲਾ ਸਿੰਘ ਨੇ ਕਿਹਾ ਵੀ ਉਹ ਡੀਪੂ ਦੀਆਂ ਜੀ ਹੋ ਸਕਦੀਆਂ ਬੱਸਾਂ, 16 ਬੰਦੇ ਜੇ ਫਸੇ ਹੋਏ ਆ, ਠੀਕ ਹੈ ਕੱਲ ਨੂੰ 16 ਮਰ ਗਏ, 16 ਕਰੋੜ ਹੋਰ ਤਿਆਰ ਰੱਖ ਲਿਓ ਫਿਰ ਵੀ ਹਾਂਜੀ ਕੁਰਬਾਨੀ ਦੇ ਦਿੱਤੀ, ਕੁਰਬਾਨੀ ਨਹੀਂ ਦੇ ਦਿੱਤੀ, 1 ਕਰੋੜ ਰੁਪਇਆ ਕਤਲ ਦਾ ਮੁੱਲ ਆ, ਸਰਕਾਰ ਕਤਲ ਕਰਵਾ ਰਹੀ ਹੈ। ਸਰਕਾਰ ਦੇ ਲੋਕ ਤਾਂ ਇਹ ਵੀ ਕਹਿਣਗੇ ਨਾ ਵੀ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋ ਗਏ, ਅਸ ਉਹਨਾਂ ਨੇ ਤਾਂ ਇਹੀ ਕਹਿਣਾ ਨਾ। ਹੁਣ ਡਰਾਈਵਰ ਨੂੰ ਇਹ ਪਤਾ ਸੀ ਵੀ ਹਾਂ ਉੱਧਰੋਂ ਮੈਂ ਵਾਪਸ ਨਹੀਂ ਆਉਣਾ, ਫੌਜੀ ਨੂੰ ਤਾਂ ਪਤਾ ਹੁੰਦਾ ਵੀ ਸ਼ਾਇਦ ਮੇਰੀ ਲਾਸ਼ ਆਵੇ ਜਾਂ ਉਹ ਹੋਵੇ, ਤਿਆਰ ਹੋ ਕੇ ਜਾਂਦਾ, ਤਿਆਰ ਹੋ ਕੇ ਜਾਂਦਾ, ਆਪਣਾ ਮਾਇੰਡ ਸੈੱਟ ਕੀਤਾ ਹੁੰਦਾ। ਹੁਣ ਉਹ ਬੰਦੇ ਨੂੰ ਪਤਾ ਸੀਗਾ ਵੀ ਅਸੀਂ ਉੱਥੋਂ ਵਾਪਸ ਨਹੀਂ ਆਉਣਾ, ਕੁਰਬਾਨੀ ਦੇ ਗਏ ਜੀ, ਇਹ ਕਰ ਗਏ ਉਹ ਕਰ ਗਏ, ਪਰ ਉਹਨਾਂ ਨੂੰ ਇਹ ਤਾਂ ਪਤਾ ਹੋਣਾ ਵੀ ਹਾਲਾਤ ਭਿਆਨਕ ਆ ਪਰ ਮਜ਼ਬੂਰੀ ਨੂੰ ਜਾਣਾ ਪੈਣਾ ਹੈ।
हाँ बिल्कुल अब इन्हों मिनिस्टर दो चार भेजो मैं कहना इतने पानी के वड़ के दिखा देन हरेक रौला पा रहा बी साढ़े तक तो आते नहीं जी ए करके जी फोटो खिचा देता कोई कोई बूटी के नाल लग्या होया कोई कुछ कर रहे हैं समझ नहीं आती यार इन्हों की एक करोड़ रुपया हूँ इन्होंने मुआवजा दे देना एक बंदे की मौत का 40,000 रुपया एक महीने की तनखाह एक साल की तनखाह कितनी होगी 12 × 48 4,80,000 होगी 40,000 के हिसाब से 5,00,000 ला लो ठीक है एक तनखाह 30 साल का ला लो 1.5 करोड़ बनता ठीक है एक साल का जो 5,00,000 गया तो 30 साल का 1.5 करोड़ हो गया तनखाह तो नहीं देंगे 40,000 मरण तो बाद करोड़ दे देंगे कहने दे देंगे असं और यार तुसी जूंदियां नूं दे दो मरे ने की देखिया की उन्हें वो तो चले गया हूँ पिछे उदे उदे रहंदे बंदे दे जूंदे रहंदे बंदा सुख भोगे घर च सारे जी खुश रहन तां तां मन्नीए भी घर दा जी गवा के यार करोड़ लिया की लिया फिर ते तुसी मार दे उटारां जी भी असी जी कुरबानी देती उन्हें वो करता तां इह कोई कुरबानी नहीं असी नहीं मानदे इहनूं इह सरकारी कतल आ इह रुकणे चाहीदे आ इह जिहड़े अधिकारियां ने भेजी आ उन्हां दे उत्ते परचे होने चाहीदे आ इह मिनिस्टर अपनी जिम्मेवारी तय करन जनता तों मुआफ़ी मंगण नहीं तो विदेश वांगू इन्ने है नहीं ना साढ़े च इन्नी औकात के मालिक है नहीं ना भी ये इस्तीफे दे के पिछे हो जाएंगे भी साड़ी गलती सीगी पर मर रहे मामा दे पोते यार मरी जाने हैं तो सो फिर हुण की होना चाहिए हल की होना चाहिए हुण अधिकारी अपने पल्ला झाड़नगे लोग अपन मंगा रखे कुछ दिन चर्चा सोशल मीडिया से होके खत्म हो जूगा तुहानू लगता भी कुछ मिलेगा मिलना मिलाना की है भाई बंदा तो नहीं मिलना होर सब कुछ मिल जूगा दे देंगे चलो लोगों के करोड़ा भी दे देंगे बंदे दे के दिखाउण ना कंडक्टर ड्राइवर बच्चे होणगे उन्हां दे पत्नी होगी पर इत्थे बहुत बुरा हाल है भाई ये राजनीति ने बेड़ा करके कीता होया हुण बहुत लोग इन्हां दे चमचे भी हैगे ने जिहड़े मैं ये नहीं कहिंदा बहुत चंगे भी कीते ने इन्हां ने कम करे भी हुण आपां दिखा भी रहे आ सानूं कोई जिद्दबाजी नहीं है किसी दे नाल जिथे तुसीं चंगा करोगे तो आप जरूर पर 33 करोड़ देता 33 करोड़ तो इतने लग जाए यार 33 करोड़ तो कुछ भी नहीं 100-150 करोड़ की बर्बादी आ जलंधर लोहियां खास दे विच असीं देख रहे हैं पोस्टर लाने लई तो 800-800 करोड़ तो काम करने लई 33 करोड़ मैं कहना पुट्ठा कर दिओ यार काम करने लई 800 करोड़ रख लो पोस्टर लाने लई एक भी ना रखो चाहे असीं सारे ने फ्री च दिखा देने लोग कहते हैं दोनों जने खड़ जाते हैं बदवानी घोटन लग जाते अपनी घोटनी असी साढ़े माइक आ तुम अपनी बदवानी अपने को घोट लिया करो असी तो एवं ही घोटनी है भाई जदों तक सह है बदवानी एवं घोटूगी जदों तक जिंदे हाँ पंजाब के लिए सानू जो मर्जी करना पे जेल भेजो जिथे मर्जी जो मर्जी करो चैनल बंद कर दौ ये नहीं रुकना जदों तक इतने जाना घंटी के उदो आखिरी दम तक पंजाब के लिए बोलोंगे माइक भी खोलोंगे कोई गल नहीं रौला पावे चीका मारांगे जीभ बढ़ दो फिर चीका मार लग जाएंगे असं साडा तो यही काम है पागल आ सी लोग सानू कमले कहने वाले लोग बहुत सही कहते भी ये विद्वान पागल ने कमले ने है अपने पंजाबियों खातर पागल हुए भी असं सर बिल्कुल एक पासे पूरे पंजाब दे विच जो हालात बने हुए है दूजे पासे हिमाचल दे विच हालात बने हुए है लाशां इत्थे भी लोगों दिया रुड़ रुड़ के सामने आ रही मौतां हो रही मौतां दूजे पासे भी हो रही पर सवाल खड़ा हुंदा है कि जिम्मेवार कौन आ जिम्मेवारी इसकी कौन तय करेगा ये मौतां रुकणगियां जे इन्हां मौतां नूं एक पासे कुदरती आफत दूजे पासे ड्यूटी फर्ज शहादत कह के इस तरह अणगौलियां कीता जाऊगा ये वड्डे सवाल आ कि इन्हां दे लई कोई ढुकवें प्रबंध किए जा सकणगे जां फिर ये सारा कुछ इसे तरह चलता रहेगा।